de tus galeras. ਦਾਦੀ ਮਾਂ ਵੱਲ ਵੇਖਿਆ ਫਿਰ ਪੈ ਗਏ ਦਾਦੀ ਮਾਂ ਨੀਂਦ ਆਉਂਦੀ ਹੈ ਪੁੱਤਰਾ ਵਾਲਿਆ ਮਾਂ ਸੁੱਤਿਆ ਪੁੱਤ ਸੋਣ ਦਾ ਵਕਤ ਹੈ ਨੀ ਦਾਦੀ ਮਾਂ ਵੱਲ ਵੇਖਿਆ ਫਿਰ ਪੈ ਗਏ ਦਾਦੀ ਮਾਂ ਨੀਂਦ ਆਉਂਦੀ ਹੈ ਪੁੱਤਰਾ ਵਾਲਿਆ ਮਾਂ ਪੁੱਤ ਸੋਣ ਦਾ ਵਕਤ ਹੈ ਨੀ ਸਾਨੂੰ ਸਮੇਂ ਨੇ ਕੀਤਾ ਮਜਬੂਰ ਵੇਲਾ ਸਾਰਾ ਮੰਦੇ ਹਾਲਾਤਾਂ ਦਾ ਦੋਸ਼ ਹੈ ਏ ਉਹਦੇ ਦੇ ਵਿੱਚ ਨੀ ਮੇਰਾ ਕਸੂਰ ਮੇਰਾ ਮੈਨੂੰ ਪਤਾ ਮੈਂ ਪੁੱਤ ਵੇ ਜਾਣਦੀ ਆਉਂਦੀ ਹੋਊਗੀ ਨੀਂਦ ਜ਼ਰੂਰ ਬੇਟਾ ਉੱਠੋ ਛੇਤੀ ਮੈਂ ਤੁਹਾਡੇ ਪੁੱਤ ਮੂੰਹ ਧੋਵਾਂ ਵੇ ਮੰਜ਼ਿਲ ਆਪਣੀ ਬਣੀ ਹੈ ਉੱਠੋ ਮੇਰ ਲਾਲ ਕਹਿ ਕੇ ਦਿਲ ਲਾਲ ਲਾਲਿਆ ਚੱਲ ਕੇ
ਵਾਰ ਸੰਤ ਬਾਬਾ ਕਰਪਾਲ ਸਿੰਘ ਜੀ ਆ ਬਾਬਾ ਸੁਲੱਖਣ ਸਿੰਘ ਹੋਰਾਂ ਦਾ ਸਥਾਨ ਆਇਆ ਰਾਤ ਦੀ ਚਾਹ ਵਰਤਾਈ ਜਾਂਦੇ ਨੇ ਪਕੌੜੇ ਵਰਤਾਏ ਜਾਂਦੇ ਨੇ ਅਤੇ ਹੁਣ ਪੰਜਾਂ ਪਿਆਰਿਆਂ ਨੂੰ ਪੰਜਾਂ ਸਾਂਝੀਆਂ ਨੂੰ ਸੰਤ ਬਲਵੰਤ ਸਿੰਘ ਹੋਰਾਂ ਨੂੰ ਬਾਬਾ ਜੀ ਜਦੋਂ ਬਾਬ ਮੰਨ ਕੇ ਸਤਿਗੁਰੂ ਜੀ ਪਾਤਸ਼ਾਹ ਬਖਸ਼ਿਸ਼ ਕਰਨ ਸ੍ਰੀ ਮਾਨ ਸੰਤ ਬਾਬਾ ਦਰਬਾਰ ਸਿੰਘ ਜੀ ਕਰਨਾਲ ਤੋਂ ਸੰਗਤ ਆਈ ਹੈ ਸੰਤ ਤੋਂ ਸੰਗਤ ਆਈ ਹੈ ਬਹੁਤ ਆਈਆਂ ਨੇ ਪੰਜ ਪਿਆਰੇ ਸਾਹਿਬਾਨਾਂ ਨੂੰ ਵੀ ਬੇਨਤੀ ਹੈ ਕਿ ਦੋ ਚਾਰ ਦਿਨ ਖੜ੍ਹ ਕੇ ਭਾਵੇਂ ਦਰਬਾਰ ਵਿੱਚ ਨਹੀਂ ਜਾਣਾ ਬੇਨਤੀ ਖੜ੍ਹ ਕੇ ਤੁਸੀਂ ਬਾਬਾ ਜੀ ਰੁਪਾ ਪਾਉਣਗੇ ਗੁਰੂ ਕਿਰਪਾ ਕਰੇ ਬਾਬਾ ਦਰਬਾਰ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਸੇਵਾ ਵਿੱਚ ਹਿੱਸਾ ਪਾਈ ਜਾਂਦੀਆਂ ਨੇ ਬਲਵੰਤ ਸਿੰਘ ਹੋਰਾਂ ਦੀ ਤੰਦਰੁਸਤੀ ਵਾਸਤੇ ਪਹਿਲਾਂ ਦਮੜਾ ਅਰਦਾਸ ਕਰਾਇਆ ਗੁਰੂ ਕਿਰਪਾ ਕਰੇ ਇਹ ਸਤਿਕਾਰਯੋਗ ਬਾਬਾ ਬਲਵੰਤ ਸਿੰਘ ਹੋਰੀ ਇਹਨਾਂ ਦੀ ਗੁਰੂ ਕਿਰਪਾ ਮਹਾਰਾਜ ਜੀ ਰਹਿੰਦੇ ਭਾਵੀ ਮਨ ਜਾਣੀਏ ਤੂੰ ਕੁਝ ਸੋਚ ਵਿਚਾਰਨੀ ਵਸਦਾ ਚੰਗਾ ਲੱਗਿਆ ਮੈਨੂੰ ਨੀਲੇ ਦਾ ਇਸ ਵਾਰ ਨੀ ਭਾਵੀ ਮਨ ਜਾਣੀਏ ਪਹਿਲਾ ਮੰਨਣਾ ਗੁਰੂ ਦੇ ਭਾਵੀ ਮਰ ਜਾਣੀਏ ਤੂੰ ਕੁਝ ਤਾਂ ਸੋਚ ਵਿਚਾਰ ਨੀਂ ਵਸਦਾ ਚੰਗਾ ਲੱਗਿਆ ਪੈਪਾ ਪੈਪਾ ਕਰ
ਸਤਿਗੁਰ ਦਿਆਂ ਚੰਦਾ ਨੂੰ ਸ਼ਕਤੀ ਨਾ ਆਪ ਕਦੇ ਵੀ ਸਤਿਗੁਰ ਦਿਆਂ ਚੰਦਾ ਨੂੰ ਮੂਰੇ ਲਾ ਤੁਰਪੇ ਸੀ ਜਗ ਨਿੱਕੇ ਪਰ ਜੰਦਾ ਨੂੰ ਮੂਰੇ ਲਾ ਤੁਰਪੇ ਸੀ ਜਗ ਨਿੱਕੇ ਪਰ ਜੰਦਾ ਨੂੰ ਸਾਦੀ ਦੀ ਪੁਕਲ ਚ ਬੈਠੇ ਸਾਦੀ ਦੀ ਪੁਕਲ ਚ ਬੈਠੇ ਕੋਈ ਨਿਗ ਪਾਵੇ ਨਾ ਦੀ ਕੁੜੀ ਕਿਸੇ ਤੇ ਹੋ ਜਿਆ ਮੇਰਾ ਸੰਗਤਾਂ ਦੇ ਨਾਲ ਮੱਥਾ
ਚੱਲੀਏ ਚੱਲੋ ਗੁਰਦੇਵ ਪਿਤਾ ਨੂੰ ਮੰਤਮ
ਬੰਦੇ ਪਲਾ ਚਲੀਏ ਚਲੋ ਕਿੰਨੋ ਕਰਦੇ ਗੁਜਤਾਨ ਅੰਤਮ ਫਤਿਹ ਬਲਾ ਚਲੀਏ ਚਲੋ ਕਿੰਨੋ ਕਰਦੇ ਗੁਜਤਾਨ ਅੰਤਮ ਫਤਿਹ ਕਰਕੇ ਧਰਤੀ ਦੀ ਕਪੜਾ ਲੇਟੇ ਜੋ ਮਾਲਕ ਤਸਵੀਰਾਂ ਦੇ ਪਾਕ ਅੰਗੀਠੇ ਨੂੰ ਹੈ ਚੁਬਣੇ ਮਸਤ ਕੇ ਅੱਛੇ ਅਖੀਰਾਂ ਦੇ ਆਉਣਾ ਨਹੀਂ ਤੂਫਾਨ ਮਿਲਿਆ ਆਉਣਾ ਨਹੀਂ ਤੂਫਾਨ ਮਿਲਿਆ ਅੰਤ ਬਲੇ ਹੀ ਪਾ ਚੱਲੀਏ ਚਲੋ ਸਿੰਘੋ ਗੁਰਦੇਵ ਪਿਤਾ ਜੀ ਅੰਤਮ ਫਤਿਹ ਬਲਾ ਚਲੀਏ ਚਲੋ ਸਿੰਘੋ ਗੁਰਦੇਵ ਪਿਤਾ ਜੀ ਅੰਤਮ ਫਤਿਹ ਬਲਾ ਚਲੀਏ ਚਲੋ ਸਿੰਘੋ ਗੁਰਦੇਵ ਪਿਤਾ ਜੀ ਅੰਤਮ ਫਤਿਹ ਬਲਾ ਚਲੀਏ ਗੁਰੂ ਪਾਤਸ਼ਾਹ ਜੀ ਪਿਆਰਿਓ ਕੇਸਗੜ੍ਹ ਸਾਹਿਬ ਦੇ ਚਾਰੇ ਪੋਤਰੇ ਸਿੰਘਾਂ ਸਮੇਤ ਆ ਗਏ ਦਾਦੇ ਗੁਰੂ ਦਾ ਪਿਆਰ ਬਣਾਉਂਦੇ ਲਈ ਮਾਤਾ ਸੁੰਦਰੀ ਸੁਣੇ ਮਾਂ ਸਾਹਿਬ ਦੇਵਾ ਖੈਰ ਮਿਹਰ ਵੀ ਪੱਲੇ ਵਿੱਚ ਪਾਉਣਦੇ ਲਈ ਮਾਤਾ ਗੁਜਰੀ ਜੀ ਆਏ ਰਸੂਲ ਪੁਰੀਏ ਚਰ ਸਿੰਘ ਦੁੱਖ ਦਰਦ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਗੁਰੂ ਜੀ ਮੰਦਰ ਸਿਰਾਂ ਤੇ ਮੁਸੀਬਤਾਂ ਦੇ ਭਾਰ ਮੇਰਾ ਵਾਰ ਚੱਲਿਆ ਹੈ ਤੇਰਾ ਪਰਿਵਾਰ ਮੇਰਾ ਵਾਲ ਉੱਠ ਕੇ ਤੰਦੇ ਉੱਠ ਕੇ ਤੰਦੇ ਪਤੇ ਕਿਉਂ ਨਾ ਬਣੇ ਛੋਟੇ ਪਰ ਜੰਦੇ ਜੋ
ਆਖਰ ਦੀ ਫਤਿਹ ਅਸਾਂ ਦੀ ਕਰਿਓ
ਜੋਰ ਪਿਤਾ ਆਖਰ ਦੀ ਫਤਿਹ ਅਸਾਮੀ ਕਰੋ ਮਨ ਜੋਰ ਪਿਤਾ ਆਖਰ ਦੀ ਫਤਿਹ ਅਸਾਮੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਜੜੇ ਆਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਮੈਂ ਤੁਰ ਚੱਲਿਆ ਦਸਵੇਂ ਪਾਤਸ਼ਾਹ ਅਲੰਦਰ ਦੀ ਪੁਰੀ ਜੋ ਬਾਹਰ ਨਿਕਲਣ ਲੱਗੀ, ਗੁਰੂ ਜੀ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਗੁਰਲਾ ਉੱਠੀ। ਸਤਿਗੁਰੂ ਕਦੋਂ ਮੁੜ ਕੇ ਆਓਗੇ, ਕਿੱਥੇ ਜਾ ਕੇ ਟਿਕਾਣਾ ਕਰੋਗੇ? ਅਨੰਦਪੁਰ ਦੀ ਧਰਤੀ ਦੇ
ਦੀਆਂ ਪੁੱਛਣੇ ਅੱਖੀਆਂ ਸਾਨੂੰ ਦੱਸ ਜਾ ਕਿਤੇ ਨੂੰ ਜਾਣਾ ਜੋ ਦੀਆਂ ਪੁੱਛਣੇ ਅੱਖੀਆਂ ਜੋਦੀਆਂ ਪੁੱਛਣ ਜੋਦੀਆਂ ਪੁੱਛਣ ਛੱਡਣੀ ਛੱਡਣੀ ਹੋ ਗਿਆ ਏ ਦਿਲ ਸਾਡੇ ਵਜੀਆਂ ਦਿਖੀਆਂ ਗਾਤਾਂ ਉਸ ਦੀ ਨਾ ਨਜ਼ਰੀ ਆਵੇ ਅੱਜ ਦੁਨੀਆਂ ਦੀ ਸੁਪਾਤਾ ਫਿਰ ਭਗਵਾਨ ਪੰਨੇ ਵਿੱਚ ਬੱਤਿਓ ਇੱਥੇ
ਨਾ ਪਤਾ ਲੱਗਿਆ ਫੋਨ ਲਾ ਲਿਓ ਸਾਡੇ, ਲੈ ਜਾ ਕੇ ਸੀਟਾਂ ਹੈਗੀਆਂ ਸਾਡੇ।